ਮੈਂ ਹੁਣ ਤੈਨੂੰ ਸਿਖਾਉਂਦਾ, ਸਭ ਨੂੰ ਪਹਿਲਾਂ ਬਦੁੱਲਾ ਰਿੰਗ ਸਿੱਧਾ ਹੋਣਾ ਚਾਹੀਦਾ, ਸਹੀ ਹੈ? ਆਹ ਟਾਂਕਾ ਲਗਾ ਇੱਥੇ, ਠੀਕ ਹੈ? ਉਸ ਤੋਂ ਬਾਅਦ ਆਹ ਤਾਰਾ ਸਭ ਨੂੰ ਫੜਾ, ਅਤੇ ਇਸ ਤੋਂ ਬਾਅਦ ਜਿਹੜੀ ਦੂਸਰੀ ਬਾਟਮ ਹੈ ਨਾ ਇਹ ਵਾਲੀ, ਇਹਨੂੰ ਬਣਨਾ ਇਸ ਤਰੀਕੇ ਨਾਲ। ਕਾਫੀ ਸਾਰੇ ਬੰਦੇ ਇੰਝ ਬਣ ਜਾਂਦੇ, ਇੰਝ ਕਾਫੀ ਬੰਦੇ, ਆ ਕੈਮਰਾ ਜਿਹੜਾ ਲਾ ਕੇ ਕਰੀ, ਗਲਤ ਤਰੀਕਾ, ਇੰਝ ਬਣ ਛੱਡਦੇ ਕਾਫੀ ਬੰਦੇ। ਇਸ ਤਰ੍ਹਾਂ ਨਹੀਂ ਬਣਨਾ, ਇਸ ਤਰ੍ਹਾਂ ਨਹੀਂ ਬਣਨਾ, ਇਹਨੂੰ ਇੰਝ ਤਾਰ ਆਉਣੀ ਚਾਹੀਦੀ ਉੱਤੋਂ ਦੀ ਰਿੰਗ, ਠੀਕ ਹੈ? ਤਾਂ ਕਿ ਕੋਨੇ 'ਚ ਆਏ, ਇਹ ਨਹੀਂ ਕਿ ਉੱਧਰ ਜਾਣਾ ਲਾਜ਼ਮੀ, ਇੱਧਰ ਬਹਿ ਕੇ ਇੱਧਰ ਖੜਾ ਹੋ ਕੇ ਬਣ ਸਕਦਾ ਬੰਦਾ, ਜਿਸ ਤਰ੍ਹਾਂ ਬਣ ਸਕਦਾ ਇੱਧਰੋਂ ਜਾ ਕੇ ਬਣ ਸਕਦਾ ਬੰਦਾ, ਸਮਝ ਲੱਗੀ? ਹਾਂ, ਹਿੱਲਣਾ ਨਹੀਂ, ਇਹਨੂੰ ਨੁੱਕਾ ਚਲਾਉਣਾ ਬਹੁਤ ਜ਼ਰੂਰੀ ਹੈ, ਠੀਕ ਹੈ? ਇਸ ਤਰ੍ਹਾਂ, ਠੀਕ ਹੈ? ਆਹ ਹੁਣ ਨੁੱਕਰ 'ਚ ਆ ਗਿਆ ਨਾ, ਠੀਕ ਹੈ? ਹੁਣ ਇਹ ਵਿਚਕਾਰਲਾ ਸਰੀਆ ਇੱਕ ਰਹਿ ਗਿਆ, ਆਹ ਵੇ ਸਾਰੇ ਰਿੰਗ ਟਾਇਟ ਹੋ ਗਏ, ਸਾਰੇ ਰਿੰਗ ਟਾਇਟ ਹੋ ਗਏ। ਹੁਣ ਆਹ ਵਿਚਕਾਰਲੇ ਸਰੀਏ ਨੂੰ ਤੁਸੀਂ ਇੱਥੇ ਲਾ ਸਕਦੇ ਹੋ, ਠੀਕ ਹੈ? ਇਹ ਲੱਗ ਗਿਆ, ਠੀਕ ਹੈ? ਹੁਣ ਆਹ ਰਿੰਗ ਨੇ ਇਹਨੂੰ ਸਿੱਧੇ ਕਰ ਦੇਣਾ, ਇੱਕ ਛੱਡ ਕੇ ਟਾਂਕਾ, ਇਹਨੂੰ ਇੱਥੇ ਲੱਗਾ ਨਾ, ਇੱਕ ਇੱਥੇ ਲੱਗਾ ਟਾਂਗਾ, ਇੱਕ ਇੱਥੇ ਲੱਗਾ, ਸਿੱਧੇ ਕਰਕੇ ਇਹ ਤਿੰਨੇ ਰਿੰਗ ਬੱਜ ਗਏ, ਠੀਕ ਹੈ? ਉਸ ਤੋਂ ਬਾਅਦ ਜਿਹੜਾ ਚੌਥੇ, ਪੰਜਵੇਂ ਜਾਂ ਛੇਵੇਂ ਜਾਂ ਸੱਤਵੇਂ ਰਿੰਗ ਤੱਕ ਜਾ ਕੇ ਫਿਰ ਇਵੇਂ ਟਾਂਕਾ ਲਾਉਣਾ ਜਿਵੇਂ ਆ ਲਾਇਆ ਆਹਮਣੇ ਸਾਹਮਣੇ, ਫਿਰ ਉਹ ਕੀ ਹੋਇਆ, ਬਾਟਮਾਂ ਖੁੱਲ ਜਾਂਦੀਆਂ, ਠੀਕ ਹੈ? ਇਹ ਮਤਲਬ ਹੁੰਦਾ, ਆਵੇ ਹੁਣ ਸਪੇਸ ਆ ਗਈ ਵਿੱਚ, ਅਤੇ ਆਹ ਵੀ ਸਪੇਸ ਆ ਗਈ, ਆਹ ਵੀ ਸਪੇਸ ਆ ਗਈ, ਠੀਕ ਹੈ? ਤੁਸੀਂ ਯਾਨੀ ਕਿ ਹੁਣ ਇਸ ਤਰ੍ਹਾਂ ਬੰਨੋਗੇ ਤਾਂ ਇਹਦੇ 'ਚ ਜਿਹੜਾ ਸੱਭਾ ਡਿੱਗਦਾ ਹੈ ਇਹਨਾਂ ਵਿੱਚ ਸੱਭਾ ਆ ਜਾਏਗਾ, ਅਗਰ ਸਾਰੇ ਇਕੱਠੇ ਬੰਨਦੇ ਤਾਂ ਫਿਰ ਸੱਭਾ ਨਹੀਂ ਵਿੱਚ ਆ, ਠੀਕ ਹੈ? ਇਹ ਮਤਲਬ ਹੁੰਦਾ, ਇਸੇ ਤਰੀਕੇ ਨਾਲ ਇੱਥੇ ਆ ਤੁਸੀਂ ਫਿਰ ਇਹਨੂੰ ਬੰਨਣਾ ਇੱਧਰੋਂ ਵੀ ਇਸ ਤਰ੍ਹਾਂ, ਠੀਕ ਹੈ? ਔਰ ਉੱਧਰੋਂ ਵੀ ਇਸ ਤਰ੍ਹਾਂ, ਇਹ ਇਸ ਤਰ੍ਹਾਂ ਅਸੀਂ ਤਾਰ ਪਾ ਕੇ ਬਾਅਦ ਤਾਰਾਂ ਉੱਤੋਂ ਦੀ ਕਰਨੀ ਹੈ ਤਾਰ, ਠੀਕ ਹੈ? ਇਸ ਤਰੀਕੇ ਨਾਲ, ਠੀਕ ਹੈ? ਜਦੋਂ ਲੱਗੀ ਹੁੰਦੀ ਹੈ ਨਾ ਫੱਟੀ, ਜਿਵੇਂ ਹੁਣ ਮੈਂ ਬੈਠਾ, ਕਈ ਬੰਦੇ ਸੋਚਣਗੇ ਯਾਰ ਇਹ ਜਿਹੜਾ ਠੇਕੇਦਾਰ ਹੈ ਜਾਂ ਇਹ ਬੰਦਾ ਜਿਹੜਾ ਇਹ ਘਰ ਬਹਿ ਕੇ ਦੱਸੀ ਜਾਣ ਡਿਆ ਇੱਥੇ ਬਾਹਰ ਮੇਦਰ ਬੰਨ ਕੇ, ਇਹਨੂੰ ਅਗਰ ਫੱਟੀ ਲੱਗੀ ਤਾਂ ਫਿਰ ਕਿਵੇਂ ਬਣਨਾ, ਫੱਟੀ ਲੱਗੀ ਤਾਂ ਫਿਰ ਇਸ ਤਰੀਕੇ ਨਾਲ ਬਣਨਾ, ਠੀਕ ਹੈ? ਫੱਟੀ ਲੱਗੀ ਹੋਵੇ ਤਾਂ ਫਿਰ ਇਸ ਤਰੀਕੇ ਨਾਲ ਇੱਥੋਂ ਹੱਥ ਪਾਉਣਾ, ਇਸ ਤਰ੍ਹਾਂ, ਠੀਕ ਹੈ? ਆਵੇ ਠੀਕ ਨਹੀਂ, ਕੋਈ ਮਸ਼ੀਨ ਮੈਂ ਉਹਨੂੰ ਜਾ ਸਿਖਾਉਂਦਾ, ਐਵੇ ਅਗਰ ਫੱਟੀ ਲੱਗੀ, ਅਬਦੁੱਲਾ ਨਜ਼ਰ ਆ ਰਿਹਾ, ਫੱਟੀ ਲੱਗੀ ਹੋਵੇ ਤਾਂ ਫਿਰ ਇਸ ਤਰੀਕੇ ਨਾਲ, ਠੀਕ ਹੈ? ਹਾਂ, ਇੰਝ ਉੱਧਰ ਵੇਖੋ, ਐਵੇ ਇੰਝ ਸਾਰਾ ਨਜ਼ਰ ਸਹੀ ਆ ਰਿਹਾ ਨਾ, ਇਹ ਆਵੇ, ਠੀਕ ਹੈ? ਇੰਝ ਅਤੇ ਇੰਝ ਆਵੇ, ਰਿੰਗ ਸਿੱਧਾ ਕਰਕੇ, ਠੀਕ ਹੈ? ਇਹ ਆਵੇ ਹੁਣ, ਹਾਂ ਉਹ ਬੰਨੋ ਹੁਣ, ਠੀਕ ਹੈ? ਆਹ ਰਿੰਗ ਸਿੱਧਾ ਕਰਕੇ ਸਾਰੇ ਬੰਨੋ, ਔਰ ਰਿੰਗ ਡਿੰਗਾ ਉਹਨੂੰ ਹੱਥ ਨਾਲ ਸਿੱਧਾ ਕਰਨਾ, ਐਵੀਆਂ ਐਵੀਆਂ ਬਜਾ ਚਾਹੀਦਾ ਦੋ ਪਾਸੇ, ਠੀਕ ਹੈ? ਉਸ ਤੋਂ ਬਾਅਦ ਜਿਹੜੇ ਬੰਦੇ ਵੀਡੀਓ ਵੇਖਦੇ ਪਏ ਨੇ ਉਹਨਾਂ ਵਾਸਤੇ ਉਹਨਾਂ ਤਲਾਹ ਲਈ ਅਰਜ਼ ਹੈ, ਯਾਰ ਜਿਹੜੇ ਨਵੇਂ ਨਵੇਂ ਠੇਕੇਦਾਰ ਬਣਦੇ ਨੇ ਉਹ ਕੀ ਕਰਦੇ ਨੇ, ਬਸ ਟਾਪਾਂ ਬਾਟਵਾਂ ਰੱਖੀਆਂ ਇੰਝ, ਅਤੇ ਬਸ ਕਲਾਸ ਮੈਂ ਤਾਂ ਬੱਜ ਗਿਆ ਜੀ, ਜਾਂ ਬੀ ਡਾਊਨ ਬੀਮ ਬੰਦ।